ਗਾਨੇ ਮੌਲੀ ਬਿਦ ਗੜਵੀ ਅਤੇ ਪੰਜ ਕੁ ਸੂਟ ਬਣਾ ਲਾਂਗੇ ਅਤੇ ਕੀ ਕਰਨ ਡਏ ਹੋ? ਕੁਛ ਨਹੀਂ, ਆੜਾ ਹਲਵਾਈ ਨਹੀਂ ਦੱਸਿਆ ਨਾ ਹਿਸਾਬ, ਉਹੀ ਕਰਨ ਡਿਆ। ਕਿੰਨਾ ਕੁ ਖਰਚਾ ਆਉਂਦਾ ਲੱਗ ਜਾਣਾ? ਜਿਹੜੇ ਹਿਸਾਬ ਨਾਲ ਹਲਵਾਈ ਨੇ ਕਿਹਾ ਵਾ ਨਾ, ਉਹਨੇ ਤਾਂ ਇੰਨੀ ਗੱਲ ਕਹੀ ਆ ਵੀ 2 ਲੱਖ ਦੇ ਵਿੱਚ ਤੁਹਾਡਾ ਸਰ ਜਾਣਾ ਵਾ। ਹਾਂ, 2 ਲੱਖ 'ਚ ਸਰ ਜਾਣਾ? 50,000 ਕੱਪੜੇ ਦਾ ਲੱਗ ਗਿਆ ਵਾ, 2 ਲੱਖ ਇਹ ਹੋ ਗਿਆ ਅਤੇ 2.5 ਲੱਖ ਹੋ ਗਿਆ ਕਿ ਨਹੀਂ ਪੂਰਾ? ਇੰਨੇ ਪੈਸੇ ਲੱਗਦੇ ਆ ਜੀ? ਤਾਂ ਉਹ ਵਿਆਹ ਵਾ, ਕੋਈ ਮਾੜੀ ਮੋਟੀ ਗੱਲ ਥੋੜ੍ਹੀ ਹੈ। ਅਜੇ ਤੈਨੂੰ ਮਿਲੇ ਚੰਗੇ ਅਗਲੇ ਪਾਸੇ, ਜੇ ਕੋਈ ਹੋ ਜਾਂਦਾ ਨਾ ਇਹੋ ਤੇਰਾ 10-12 ਲੱਖ ਤੱਕ ਗੱਲ ਜਾਣੀ ਸੀ। ਅਤੇ ਮੇਰੀ ਗੱਲ ਸੁਣ, ਇਹੋ ਜਿਹੀ ਕੋਈ ਵੀ ਗੱਲ ਨਾ ਕਰ, ਇੱਦਾਂ ਦਾ ਕੋਈ ਰੇੜਕਾ ਨਾ ਪਾ। ਸਾਰਾ ਕੁਝ ਬੜਾ ਕੁਝ ਸੋਹਣਾ ਚੱਲਣ ਡਿਆ ਵਾ ਅਤੇ ਚੱਲ ਲੈਂਦੇ, ਸਾਰਾ ਕੁਝ ਸਾਡੇ ਹੱਥ ਵਿੱਚ ਹੈਗਾ ਵਾ। ਨਾ ਤਾਂ ਸਾਨੂੰ ਕਿਤੇ ਪੈਸੇ ਫੜਨੇ ਪੈਣ ਡੇ ਆ, ਨਾ ਕਦੇ ਕੋਈ ਮਦਦ ਹੀ ਮੰਗੀ ਆਪਾਂ, ਵਧੀਆ ਚੱਲਣ ਡਿਆ ਵਾ। ਪਰ ਫਿਰ ਵੀ ਕਿੰਨਾ ਹੀ ਲੱਗ ਜਾਣਾ, ਅਜੇ ਤਾਂ ਅਸੀਂ 2.5 ਆਪਣੇ ਕੋਲ ਮਿਥਿਆ ਵਾ, ਅਜੇ ਹੋਰ ਇੱਧਰ ਦੇ ਉੱਧਰ ਦੇ ਖਰਚੇ ਪਾ ਕੇ ਤੁਹਾਡਾ 4 ਲੱਖ ਤੱਕ ਪਹੁੰਚ ਜਾਣਾ ਕੰਮ। ਅਤੇ ਕੀ ਕਰੀਏ, ਜ਼ਮਾਨੇ ਦੇ ਹਿਸਾਬ ਨਾਲ ਚੱਲਣਾ ਪੈਂਦਾ ਵਾ, ਇੰਨੀ ਮਹਿੰਗਾਈ ਹੋ ਗਈ ਆ। ਉਹ ਅਜੇ ਤਾਂ ਤੂੰ ਸ਼ੁਕਰ ਕਰ ਕਿ ਪੈਲਸ ਦਾ ਖਰਚਾ ਬਚ ਗਿਆ ਵਾ, ਉਹ ਗੁਰਦੁਆਰਾ ਸਾਹਿਬ ਸਾਰਾ ਪ੍ਰੋਗਰਾਮ ਆ, ਵੈਸ਼ਨੋ ਰੋਟੀ ਆ, ਹੋਰ ਸਾਨੂੰ ਕੀ ਚਾਹੀਦਾ ਵਾ? ਨਾ ਕੋਈ ਮਿਲਣੀ ਹੋਣੀ ਆ, ਨਾ ਕੋਈ ਲੈਣ ਨਾ ਦੇਣ, ਸਿੰਪਲ ਸਾਦੀ ਰੋਟੀ ਆ, ਹੋਰ ਤੈਨੂੰ ਕੀ ਚਾਹੀਦਾ ਵਾ? ਐਡੇ ਭਲੇ ਮਾਨਸ ਜੀ ਆ, ਖਰਚਾ ਤੇ ਸਾਡਾ ਕੋਈ ਲੱਗਾ ਹੀ ਨਹੀਂ ਸਗੋਂ। ਚੱਲ ਵੇਖ ਲਓ ਫਿਰ, ਮੈਂ ਜਾਣੀ ਆ ਵੀ ਆ ਵੀ ਖਰਚਾ ਜਿਹੜਾ ਲੱਗਣ ਡਿਆ ਵਾ ਨਾ, ਬਹੁਤ ਜ਼ਿਆਦਾ ਲੱਗਣ ਡਿਆ ਵਾ ਯਾਰ। ਜ਼ਿਆਦਾ ਕਿੰਨਾ ਕੁ ਵਾ, ਕਿੰਨਾ ਕੋਈ ਤੈਨੂੰ ਬਚਾ ਕੇ ਦੱਸਦਾ ਵਾ? ਅਗਲੇ ਭਲੇ ਮਾਨਸ ਜੀ ਆ, ਆਪਾਂ ਵੀ ਜਿੱਥੋਂ ਤੱਕ ਹੋ ਸਕਿਆ ਬਚਾਉਣ ਡੇ ਆ, ਹੋਰ ਤੂੰ ਸਾਨੂੰ ਮਰਦੀ ਜਾਣੀ ਵੀ ਸਾਨੂੰ ਰੁਪਈਆ ਵੀ ਨਾ ਲੱਗੇ ਤੇ ਵਿਆਹ ਵੀ ਹੋ ਜੇ। ਉਹ ਵਿਆਹਾਂ ਦੇ ਕੰਮ ਇਦਾਂ ਦੇ ਹੀ ਹੁੰਦੇ ਆ। ਉਹ ਜਿੱਦਾਂ ਦਾ ਤੂੰ ਚਾਹੁੰਦੀ ਆ ਨਾ, ਉਹ ਤਾਂ ਫਿਰ ਇੱਕੋ ਤਰੀਕਾ ਹੀ ਓ ਕਿ ਕੰਨੋਂ ਫੜ ਕੇ ਤੋੜ ਦੋ, ਕੋਈ ਖਰਚਾ ਵੀ ਨਹੀਂ ਲੱਗਣਾ। ਉਹ ਚੰਗਾ ਬਾਬਾ, ਲਾ ਲਓ ਜਿੰਨਾ ਖਰਚਾ ਲਾਉਣਾ, ਹੋਰ ਕੀ ਕਰਨਾ ਤੁਸੀਂ? ਤੇ ਮੇਰੀ ਗੱਲ ਸੁਣੋ, ਮੁੰਡਾ ਅਜੇ ਤੱਕ ਨਹੀਂ ਆਇਆ, ਅੱਗੇ ਇਸ ਵੇਲੇ ਨੂੰ ਆ ਜਾਂਦਾ ਹੁੰਦਾ ਸੀ ਜਦੋਂ ਵੀ ਆਉਂਦਾ ਸੀ। ਚੱਲ ਆਪੇ ਆ ਜਾਂਦਾ, ਕੋਈ ਗੱਲ ਨਹੀਂ। ਆਹੋ ਵੀ 9 ਵੱਜ ਗਏ ਆ ਤੇ ਵੇਖਾਂ ਅਜੇ ਤੱਕ ਆਇਆ ਹੀ ਨਹੀਂ। ਨਾਲੇ ਉਹ ਵੀ ਆ ਕੇ ਵੇਖ ਲੇ, ਉਹਨੇ ਵੀ ਕੀ ਕੁਝ ਲੈਣਾ ਵਾ, ਉਹਦਾ ਵੀ ਸਗੋਂ ਵਿੱਚ ਕੰਮ ਮੁੱਕ ਜੂਗਾ ਨਾਲ ਹੀ ਖਰਚਾ। ਆਹੋ ਤੇ ਹੁਣ ਆਉਣਾ, ਉਹਦੇ ਕੱਪੜੇ ਤਾਂ ਬਣਾਉਣੇ ਹੀ ਆ ਨਾ, ਫਿਰ ਵਿਆਹ ਵੇਖਣਾ, ਭੂਆ ਦਾ ਵਿਆਹ ਵਾ ਤੇ ਫਿਰ ਪੁਰਾਣੇ ਕੱਪੜੇ ਥੋੜ੍ਹੀ ਪਾ ਕੇ ਵੇਖ ਲੈਣਾ ਉਹਨੇ ਵੀ। ਮੈਡਮ ਜੀ, ਸਾਦਾ ਕੀ ਅੱਜ ਜਾਣ ਦਾ ਇਰਾਦਾ ਨਹੀਂ ਹੈਗਾ, ਟਾਈਮ ਕਿੰਨਾ ਹੋ ਗਿਆ ਵਾ? ਵੇਖੀ ਤੁਸੀਂ ਤੇ ਮੈਨੂੰ ਜ਼ੋਰ ਪਾਈ ਜਾਣ ਡੇ ਜੇ ਕਿ ਡਿਊਟੀ ਤੇ ਜਾ, ਪਰ ਮੈਨੂੰ ਮੰਮੀ ਦੀ ਵੀ ਸ਼ਰਮ ਮਾਰਦੀ ਹੈ ਨਾ। ਮੰਮੀ ਤੇ ਮੈਨੂੰ ਕਹਿੰਦੇ ਕਿ ਅੱਜ ਕੱਪੜੇ ਲੀੜੇ ਬਣਾਉਣ ਜਾਣਾ ਵਾ, ਮੈਂ ਕਿੱਦਾਂ ਮੰਮੀ ਨੂੰ ਜਵਾਬ ਦੇਵਾਂ? ਵੀ ਚੰਗੇ ਨਹੀਂ ਲੱਗੀਦਾ, ਕੋਈ ਗੱਲ ਨਹੀਂ, ਇੱਕ ਛੁੱਟੀ ਹੋ ਜੂਗੀ ਨਾ ਤੇ ਕੁਛ ਨਹੀਂ ਹੋ ਜਾਣਾ। ਤੂੰ ਚੁੱਪ ਕਰਕੇ ਤਾਂ ਆਪਣੇ ਕੰਮ ਤੇ ਜਾ, ਕਿਤੇ ਨਹੀਂ ਜਾਣਾ ਅਸੀਂ, ਮੈਂ ਕਰ ਲੂੰਗਾ ਆਪੇ ਮੰਮੀ ਨਾਲ ਗੱਲ। ਇੱਦਾਂ ਕਹੀ ਜਾਂਦੇ ਯਾਰ, ਫਿਰ ਤੁਸੀਂ ਮੰਮੀ ਨਾਲ ਗੱਲ ਕਰ ਲਓ। ਮੰਮੀ ਨੇ ਕਹਿਣਾ ਇਹ ਜਾਣ ਬੁੱਝ ਕੇ ਨਹੀਂ ਜਾਣ ਡੀ, ਵੀ ਕਸੂਰ ਸਾਰਾ ਮੇਰੇ ਤੇ ਆ ਜਾਣਾ, ਮੇਰੀ ਕੁਛ ਵਿੱਚ ਕੋਈ ਗੱਲਬਾਤ ਵੀ ਹੈ ਨਹੀਂ। ਮੈਂ ਜਦੋਂ ਕਹਿਣ ਡਿਆ ਮੈਂ ਕਰ ਲੂੰਗਾ ਮੰਮੀ ਨਾਲ ਗੱਲ, ਤੂੰ ਸੁੱਟ ਝਾੜੂ ਆਪਣਾ, ਜਾ ਹੋ ਤਿਆਰ, ਮੈਂ ਕਰ ਲੈਂਦਾ ਮੰਮੀ ਨਾਲ ਗੱਲ। ਹਾਏ, ਇਹਨੂੰ ਕੀ ਹੋ ਗਿਆ, ਇਹ ਕਿਉਂ ਹੁਣ ਰੌਲਾ ਪਾਉਣ ਡਿਆ ਪਿਆ? ਵੇਖਾਂ ਸਹੀ। ਮੈਂ ਤੈਨੂੰ ਕੀ ਕਹਿਣ ਡਿਆ ਵਾ, ਤੂੰ ਫਿਰ ਸਦਾਈਆਂ ਵਾਂਗੂ ਝਾੜੂ ਲਾਈ ਜਾਂਦੀ ਆ, ਪਰਾਂ ਸੋਟੀ ਨੂੰ। ਕਿੰਨਾ ਲੜਾਈ ਵਧਾਓ, ਮੈਨੂੰ ਲੜਾਈ ਤੋਂ ਬੜਾ ਡਰ ਹੁੰਦਾ ਜੇ। ਕੋਈ ਗੱਲ ਨਹੀਂ, ਮੈਂ ਵਧਾਉਣ ਡਿਆ ਨਾ, ਮੈਂ ਆਪੇ ਹੈਂਡਲ ਕਰ ਲੂੰਗਾ।
ਜਿਹੜੇ ਬੰਦੇ ਨੂੰ ਸਾਡੀ ਕਦਰ ਹੀ ਹੈਨੀ ਆ, ਅਸੀਂ ਉਹਦੇ ਪਿੱਛੇ ਪਿੱਛੇ ਲੱਗੀ ਜਾਈਏ, ਆਪਣਾ ਨੁਕਸਾਨ ਕਰ ਲਈਏ। ਚੁੱਪ ਕਰਕੇ ਤਿਆਰ ਹੋ ਜਾ। ਇਹ ਕੀ ਕਹਿਣ ਡਿਆ ਤੈਨੂੰ? ਮੰਮੀ ਇਹ ਕਹਿਣ ਡਿਆ ਕਿ ਡਿਊਟੀ ਜਾਣਾ ਵਾ। ਹੈ ਤੇਰਾ ਦਿਮਾਗ ਖਰਾਬ ਹੋ ਗਿਆ? ਉਹਦੇ ਕੱਪੜਾ ਲੀੜਾ ਖਰੀਦਣ ਜਾਣਾ ਨਾਲ ਲੈ ਕੇ, ਤੇ ਤੂੰ ਉਹਨੂੰ ਕਹਿਣ ਡਿਆ ਡਿਊਟੀ ਚੱਲ। ਨਾ ਕਿਉਂ ਜਾਈਏ ਆਪਾਂ, ਕਿਹੜੀ ਗੱਲੋਂ ਜਾਈਏ? ਅਸੀਂ ਠੇਕਾ ਚੁੱਕਿਆ ਬੇਇੱਜ਼ਤੀ ਕਰਾਉਣ ਦਾ? ਤੁਸੀਂ ਜਾਓ ਤੇ ਨਾਲ ਖੜੋ ਆਪਣੇ ਪੁੱਤ ਨੂੰ, ਆਪਣੇ ਕੰਮ ਉਹ ਆਪ ਕਰੇ, ਅਸੀਂ ਬਿਲਕੁਲ ਨਹੀਂ ਜੇ ਜਾਣਾ। ਲੈ ਪੁੱਤ, ਇਹ ਕਿੱਦਾਂ ਦੀਆਂ ਤੂੰ ਗੱਲਾਂ ਕਰਨ ਡਿਆ ਆ? ਇੱਦਾਂ ਦੀਆਂ ਗੱਲਾਂ ਨਹੀਂ ਕਰੀਦੀਆਂ ਵਿਆਹਾਂ ਸ਼ਾਦੀਆਂ ਦੇ ਵਿੱਚ, ਕੰਮ ਰਲ ਮਿਲ ਕੇ ਕਰੀਦਾ ਆ। ਹੁਣ ਕੁੜੀਆਂ ਚਿੜੀਆਂ ਨੇ ਕੱਪੜਾ ਲੀੜਾ ਖਰੀਦਣਾ, ਹੁਣ ਮੈਂ ਥੋੜਾ ਬੁੱਢੀ ਦੀ ਸੇੜੀ ਨੇ ਖਰੀਦ ਲੈਣਾ ਹੁੰਦਾ ਵਾ। ਇਹ ਹੁਣ ਮੁੰਡਾ ਹੋ ਕੇ ਬੁੱਢੀਆਂ ਵਾਲੀਆਂ ਦੁਕਾਨਾਂ ਤੇ ਜਾ ਕੇ ਸੁਰਖੀਆਂ ਬਿੰਦੀਆਂ ਖਰੀਦਦਾ ਤੇ ਉਦਾਂ ਹੀ ਨਹੀਂ ਚੰਗਾ ਲੱਗਦਾ। ਮੈਂ ਚੰਗਾ ਕਿਉਂ ਨਹੀਂ ਲੱਗਦਾ? ਉਦਾਂ ਤਾਂ ਬੁੱਢੀਆਂ ਵਾਲੇ ਨੂੰ ਸਾਰੇ ਕੰਮ ਆਉਂਦੇ ਆ, ਚੁਗਲੀਆਂ ਕਿੱਦਾਂ ਕਰਨੀਆਂ, ਕਿਸੇ ਦੇ ਕੰਨ ਕਿੱਦਾਂ ਭਰਨੇ, ਕਿਹੜੀ ਚੀਜ਼ ਕਿੱਥੇ ਕੀ ਲੈ ਕੇ ਜਾਣੀ, ਸਾਰੇ ਕੰਮ ਤਾਂ ਕਰਦਾ ਬੁੱਢੀਆਂ ਵਾਲੇ। ਤੇ ਹੁਣ ਕਿਉਂ ਚੱਲਿਆ? ਹੁਣ ਵੀ ਕਰੇ ਗਾਂ ਗਾਂ ਹੋ ਕੇ, ਹੁਣ ਕਿਉਂ ਲੋੜ ਪੈ ਗਈ ਸਾਡੀ? ਠੀਕ ਆ ਫਿਰ, ਲੱਕੋ ਫਸੇ ਤੇ ਮੈਂ ਆ ਜਾਂਦੀ ਆ, ਫਸ ਤੇ ਮੈਂ ਜਾਂਦੀ ਆ। ਜਦੋਂ ਕੋਈ ਚੀਜ਼ ਮੈਂ ਲਿਆਂਦੀ ਤੇ ਨੱਕ ਤੇ ਨਾ ਇਹਨਾਂ ਦੀ ਚੜੀ, ਤੇ ਫਿਰ ਆਖਣਾ ਵਾ ਇਹਨੇ ਬੁੱਢੀ ਨੇ ਕੀ ਖਰੀਦ ਲਿਆਂਦਾ ਵਾ। ਤੇ ਤੁਸੀਂ ਕਿਉਂ ਫਸਦੇ ਜੇ? ਉਹਨੂੰ ਸੱਦੋ ਵੱਡੀ ਹਮਾਇਤ ਤੈਨੂੰ, ਜਿਹੜੀ ਆ ਕੇ ਇਹਦੀ ਹਮਾਇਤ ਕਰਦੀ ਆ, ਹੁਣ ਆਵੇ ਗਾੜੀ ਲਾ ਕੇ ਸਾਰੇ ਕੰਮ ਕਰੇ। ਪ੍ਰੀਤ, ਇਹਨੂੰ ਤੂੰ ਹੀ ਸਮਝਾ ਕੁਛ, ਆਖੇ ਲੱਗ ਜੇ ਇੱਦਾਂ ਨਾ ਰੰਗ 'ਚ ਭੰਗ ਪਾਵੇ। ਹੁਣ ਮੰਮੀ ਮੈਂ ਤੇ ਬਥੇਰਾ ਸਮਝਾਉਣ ਦੀ ਆ, ਮੈਂ ਤੇ ਸਗੋਂ ਕਿਹਾ ਮੈਂ ਛੁੱਟੀ ਵੀ ਕਰ ਲੈਨੀ ਆ, ਇਹੋ ਨਹੀਂ ਮੰਨਣ ਦੇ। ਤੂੰ ਚੁੱਪ ਕਰਕੇ ਆਪਣਾ ਕੰਮ ਕਰ, ਤੈਨੂੰ ਛੁੱਟੀਆਂ ਕਰਨ ਦੀ ਕੋਈ ਲੋੜ ਨਹੀਂ ਹੈਗੀ। ਮੈਂ ਨਾ ਇਦਾਂ ਕਰ, ਉਹ ਆ ਗਿਆ ਨਾ ਤੇ ਫਿਰ ਸਿਆਪਾ ਪੈ ਜਾਣੀ, ਫਿਰ ਲੜਾਈ ਪੈ ਜਾਣੀ ਜੀ ਘਰ ਦੇ ਵਿੱਚ। ਪੈਂਦੀ ਲੜਾਈ ਤਾਂ ਪੈ ਜੇ, ਮੈਂ ਹੁਣ ਉਹਦੇ ਕੋਲ ਡਰਦਾ ਨਹੀਂ ਆ, ਨਾਲੇ ਮੈਂ ਉਹਨੂੰ ਕਹਿਤਾ, ਹੁਣ ਨਹੀਂ ਮੈਨੂੰ ਉਹਦਾ ਡਰ ਪਹਿਲਾਂ ਵਾਲਾ ਰਿਹਾ, ਜੋ ਹੁੰਦਾ ਹੋ ਜੇ। ਚੱਲ ਆ ਟਾਈਮ ਤੇ ਕੱਢ। ਨਹੀਂ ਮੈਂ ਕਿਹੜਾ ਟਾਈਮ ਫੜ ਲਿਆ ਵਾ, ਅਸੀਂ ਆਪਣੇ ਕੰਮ ਕਰਨ ਡੇ ਆ, ਉਹਨੂੰ ਕਹੋ ਆਪਣੇ ਕੰਮ ਕਰੇ, ਮੈਂ ਕਾਹਦੀ ਰੰਗ 'ਚ ਭੰਗ ਪਾਉਣ ਡਿਆ ਵਾ। ਤੂੰ ਜਾ, ਹੁੰਦੀ ਨਹੀਂ ਤਿਆਰ, ਹੁਣ ਨਹੀਂ ਲੇਟ ਹੋਣ ਡੀ। ਕੀ ਹੋਇਆ, ਤੁਸੀਂ ਬੜੇ ਮੂੰਹ ਜੋੜ ਕੇ ਡੇ ਜੇ ਗੱਲਾਂ ਕਰਨ? ਕੁਛ ਨੀ, ਕੱਪੜੇ ਲੀੜੇ ਲੈਣ ਦੀ ਗੱਲ ਕਰਦੇ ਆ, ਕੋਈ ਗੱਲ ਨੀ ਬਈ। ਨਹੀਂ ਹੋਇਆ ਕਿਉਂ ਨੀ ਆ? ਮੰਮੀ ਸੱਚੀ ਗੱਲ ਦੱਸਿਆ ਕਰੋ, ਆ ਜਿਹੜੀ ਤੁਸੀਂ ਅੱਧਵ੍ਰਿੱਤੀ ਗੱਲ ਦੱਸ ਦਿੰਦੇ ਜੇ ਨਾ, ਇਸੇ ਕਰਕੇ ਤਾਂ ਪਵਾੜੇ ਪੈਂਦੇ ਆ। ਵੀਰ, ਮੰਮੀ ਕਹਿਣ ਡੇ ਆ ਪ੍ਰੀਤ ਨੂੰ ਕਿ ਸ਼ੋਪਿੰਗ ਕਰਨ ਜਾਣਾ ਆ, ਉਹਨੇ ਜਾਣਾ ਹੈ ਡਿਊਟੀ। ਮੈਂ ਉਹਨੂੰ ਕਹਿੰਦਾ ਤੂੰ ਆਪਣੀ ਡਿਊਟੀ ਤੇ ਜਾ, ਤੁਸੀਂ ਦੋਵੇਂ ਜਾਓ ਤੇ ਜਿਹੜਾ ਲੀੜਾ ਕੱਪੜਾ ਖਰੀਦ ਕੇ ਲਿਆਉਣਾ ਲੈ ਆਓ। ਅੱਛਾ, ਜਾਣਾ ਨਹੀਂ ਫਿਰ? ਹੈਂ, ਕਿਹੜੀ ਗੱਲੋਂ ਨਹੀਂ ਜਾਣਾ? ਉਹ ਨਹੀਂ ਬਸ ਵੀਰ, ਅਸੀਂ ਉਦਾਂ ਨਹੀਂ ਜਾਣਾ। ਆਖਿਰ ਕਿਸੇ ਗੱਲ ਦਾ ਗੁੱਸਾ ਹੋਊਗਾ ਤੇ ਤਾਂ ਹੀ ਆ ਨਾ, ਨਹੀਂ ਤਾਂ ਉਦਾਂ ਥੋੜਾ ਬੰਦਾ ਨਾ ਕਰਦਾ ਵੀ ਮੈਂ ਨਹੀਂ ਕਿਤੇ ਜਾਣਾ। ਉਹ ਨਹੀਂ ਕਿਸੇ ਵੀ ਗੱਲ ਦਾ ਗੁੱਸਾ ਗਿਲਾ, ਸਾਨੂੰ ਨਹੀਂ ਕਿਸੇ ਵੀ ਗੱਲ ਦਾ ਗੁੱਸਾ, ਤੁਸੀਂ ਆਪਣੇ ਕੰਮ ਕਰੋ। ਅੱਛਾ, ਪਤਾ ਮੈਨੂੰ ਜਿਹੜਾ ਤੈਨੂੰ ਗੁੱਸਾ ਜਿਹੜੀ ਗੱਲ ਦਾ। ਲੈ ਫਿਰ ਕੀ ਹੋ ਗਿਆ? ਉਹ ਵੱਡੇ ਭਰਾ ਦੇ ਪਿਓਾਂ ਦੇ ਬਰਾਬਰ ਹੁੰਦੇ ਆ, ਕਈ ਕੁਛ ਕਹਿ ਲੈਂਦੇ ਆ, ਤੇ ਤੂੰ ਮੇਰੀਆਂ ਇੰਨੀਆਂ ਕਿ ਗੱਲਾਂ ਦਾ ਗੁੱਸਾ ਕਰਕੇ ਬਹਿ ਗਿਆ? ਕੀ ਮੈਂ ਤੈਨੂੰ ਕਹਿ ਤਾ ਸੀ ਦੱਸ? ਨਾਲੇ ਤੇਰੇ ਨਾਲ ਤਾਂ ਮੇਰੀ ਕੋਈ ਗੱਲ ਹੀ ਨਹੀਂ ਹੋਈ, ਮੰਮੀ ਦੇ ਨਾਲ ਮੇਰੀ ਗੱਲਬਾਤ ਹੋਈ ਜਿੰਨੀ ਵੀ ਹੋਈ ਆ, ਉਹਨਾਂ ਸਗੋਂ ਮੈਨੂੰ ਮਾਫ਼ ਕਰ ਦਿੱਤਾ, ਤੇ ਤੇਰੇ ਨਾਲ ਕੋਈ ਗੱਲ ਹੋਈ ਵੀ ਨਹੀਂ ਤੇ ਤੂੰ ਬਾਤ ਦਾ ਵਤੰਗੜ ਬਣਾ ਕੇ ਬੈਠਾ ਵਾਂ। ਮੈਂ ਕਿਸੇ ਵੀ ਬਾਤ ਦਾ ਵਤੰਗੜ ਨਹੀਂ ਬਣਾਇਆ, ਮੰਮੀ ਨਾਲ ਹੋਈ ਆ, ਠੀਕ ਆ। ਜਦੋਂ ਮੈਂ ਕਹਿਣਾ ਕੋਈ ਗੱਲ ਵੀ ਨਹੀਂ ਹੈਗੀ, ਨਹੀਂ ਸਾਡੇ ਮਨ ਦੇ ਵਿੱਚ ਕੋਈ ਗੁੱਸਾ ਗਿਲਾ, ਤੇ ਨਹੀਂ ਹੈਗੀ ਤੇ ਫਿਰ ਚੁੱਪ ਕਰਕੇ ਨਾਲ ਚੱਲੋ, ਆਹ ਵਾਲੇ ਪਖੰਡ ਨਾ ਕਰੋ ਫਿਰ। ਜਾਣਾ ਨਹੀਂ ਇਹ ਨਾਲ, ਗੁੱਸਾ ਵੀ ਸਾਨੂੰ ਕੋਈ ਨਹੀਂ ਆ ਤੇ ਜਾਣਾ ਵੀ ਇਹ ਨਹੀਂ, ਕੀ ਸਮਝੀਏ ਫਿਰ ਇਹਨੂੰ? ਮੈਂ ਤੈਨੂੰ ਗੁੱਸਾ ਹੀ ਆਖੂੰਗਾ।
ਪ੍ਰੀਤ ਤੂੰ ਹੀ ਦੱਸ, ਜੇ ਇਹਨੂੰ ਮੈਂ ਕਹੋ ਕਹਿ ਹੀ ਦਿੱਤਾ ਤੇ ਕੀ ਹੋ ਗਿਆ? ਨਿਗਾਹ ਜਿਹਾ ਹੀ ਜਦੋਂ ਮੇਰੇ ਨਾਲ ਉਂਗਲ ਫੜ ਕੇ ਮੇਲੇ ਵੇਖਣ ਜਾਂਦਾ ਹੁੰਦਾ ਸੀ, ਮੇਰੇ ਨਾਲ ਪੈਲੀਆਂ ਦੇ ਜਵਾਨਾਂ ਦੇ ਵਿੱਚ ਘੁਲਦਾ ਰਿਹਾ ਵਾ, ਇੰਨਾ ਇਹਨੂੰ ਮੈਂ ਪਿਆਰ ਕਰਦਾ ਰਿਹਾ, ਤੇ ਜੇ ਹੁਣ ਇਹਨੂੰ ਮੈਂ ਦੋ ਗੱਲਾਂ ਕਰ ਦਿੱਤੀਆਂ ਤੇ ਇਹ ਮੇਰੀ ਗੱਲ ਦਾ ਗੁੱਸਾ ਕਰਕੇ ਬਹਿ ਗਏ। ਦੱਸ ਇਹਦਾ ਫਰਜ਼ ਬਣਦਾ ਕਿ ਨਹੀਂ ਬਣਦਾ? ਇੱਥੇ ਤਾਂ ਸਗੋਂ ਮੈਨੂੰ ਕਹਿਣਾ ਹੀ ਨਹੀਂ ਚਾਹੀਦਾ, ਇਹਨੂੰ ਆਪ ਨੂੰ ਕਹਿਣਾ ਚਾਹੀਦਾ ਕਿ ਮੇਰੀ ਸਾਰੀ ਜ਼ਿੰਮੇਵਾਰੀ ਆ ਤੇ ਮੈਂ ਇਕੱਲਾ ਇਹ ਜ਼ਿੰਮੇਵਾਰੀ ਨੂੰ ਸਾਂਭਾਂ। ਉਹ ਆਪਣਾ ਕੀ ਨਾਮ ਹੀ ਕੰਨ ਝਾੜ ਕੇ ਬਹਿ ਗਿਆ ਕਿ ਨਾ ਬਈ ਮੇਰਾ ਤਾਂ ਕੋਈ ਮਤਲਬ ਹੀ ਨਹੀਂ ਹੈਗਾ ਵਿੱਚ, ਉਦਾਂ ਮੈਂ ਗੁੱਸੇ ਨਹੀਂ ਹੈਗਾ ਤੇ ਗੁੱਸਾ ਵੀ ਮੂੰਹ ਦੇ ਉੱਤੇ ਦਿਖਾਣ ਡਿਆ ਵਾ ਸਾਫ਼। ਕੀ ਸਮਝਾਂ ਮੈਂ ਇਹ ਗੱਲ ਨੂੰ? ਨਹੀਂ ਨਹੀਂ ਭਾਜੀ, ਜਾਣਾ ਕਿਉਂ ਨਹੀਂ ਆ, ਆਪਾਂ ਜਾਵਾਂਗੇ, ਆਪਾਂ ਨਹੀਂ ਜਾਣਾ ਤੇ ਹੋਰ ਕਿੰਨੇ ਜਾਣਾ ਆ? ਮੰਮੀ ਕੋਈ ਨਹੀਂ, ਤੁਸੀਂ ਹੋਵੋ ਤਿਆਰ, ਮੈਂ ਜਾਂਦੀ ਹਾਂ ਤੁਹਾਡੇ ਨਾਲ। ਚਲੋ ਚਲੋ ਫਿਰ, ਮੈਂ ਵੀ ਆਪਣਾ ਪਾਲਾ ਕੱਪੜੇ ਤੇ ਚਲੋ ਚੱਲੀਏ, ਜਾ ਕੇ ਤੇ ਕਰਕੇ ਆਈਏ ਸ਼ਾਪਿੰਗ ਆਪਾਂ। ਚਲੋ ਚੱਲ, ਤੂੰ ਹੀ ਚੱਲਣਾ ਨਾਲ। ਨਹੀਂ ਤੁਸੀਂ ਜਾਓ, ਮੈਂ ਕੋਈ ਨਹੀਂ ਕਰਦਾ ਵੇ, ਇਹਨਾਂ ਨਾਲੇ ਪੈਲੀ ਬੰਨੇ ਫੇਰਾ ਮਾਰਦਾ। ਤੁਸੀਂ ਚਲ ਜਾਓ, ਤਿੰਨੇ ਜਾਣੇ ਸਾਰਿਆਂ ਨੇ ਕੀ ਕਰਨਾ ਜਾ ਕੇ। ਚੱਲ ਠੀਕ ਆ ਫਿਰ। ਆਇਓ ਸੂਟ ਪਾ ਲੈਂਦੀ ਹਾਂ, ਇਹ ਤੇ ਪ੍ਰੈਸ ਕੀਤਾ ਵਾ, ਉਂਝ ਮੈਨੂੰ ਦੂਜਾ ਪ੍ਰੈਸ ਕਰਨਾ ਪੈਣਾ। ਮੇਰੀ ਗੱਲ ਸੁਣ, ਤੂੰ ਵੀ ਪਾਣੀ ਵਾਂਗੂ ਝੱਟ ਡੁੱਲ ਜਿਆ ਕਰ, ਚੰਗਾ ਭਲਾ ਤੈਨੂੰ ਪਤਾ ਵੀ ਹੈਗਾ ਵੀਰ ਦਾ ਕਿ ਆਪਣੇ ਮਤਲਬ ਵੇਲੇ ਉਹ ਕਿੰਨਾ ਮਿੱਠਾ ਪਿਆਰਾ ਬਣ ਜਾਂਦਾ ਤੇ ਬਾਅਦ ਚ ਉਹ ਹੀ ਰੱਸੇ ਪੈੜੇ। ਸਿਆਣਿਆ ਸੱਚ ਹੀ ਕਿਹਾ ਵਾ, ਗਵਾਂਢੀ ਦਾ ਰੂਪ ਨਹੀਂ ਤੇ ਮੱਤ ਤੇ ਆ ਹੀ ਜਾਂਦੀ ਆ। ਤੇਰੇ ਤੇ ਵੀ ਨਾ ਉਹਦਾ ਹੀ ਅਸਰ ਹੋਈ ਜਾਣ ਡਿਆ ਵਾ, ਮੇਰੇ ਸਾਹਮਣੇ ਹੋਰ ਤੇ ਉਹਨਾਂ ਦੇ ਸਾਹਮਣੇ ਹੋਰ ਹੋ ਜਾਂਦੀ ਆ। ਮੈਂ ਤੇ ਮੰਮੀ ਦੇ ਮੂੰਹ ਨੂੰ ਚੁੱਪਵਾਂ, ਮੈਂ ਕਿਹਾ ਚੰਗੇ ਨਹੀਂ ਲੱਗੀ ਦਾ। ਉਹ ਹੁਣ ਸਿਆਣੇ ਪਿਆਣੇ ਨੇ ਮੈਨੂੰ ਕਿਹਾ ਕਿ ਮੇਰੇ ਨਾਲ ਚੱਲ, ਮੈਂ ਮਨਾ ਕਰਦੀ ਚੰਗੀ ਨਹੀਂ ਲੱਗਦੀ, ਤੁਸੀਂ ਤੇ ਐਵੇਂ ਮਰੀ ਜਾਂਦੇ ਜੇ ਹੁਣ ਘਰ ਦੇ ਵਿੱਚ ਵਿਆਹ ਵਾ ਤੇ ਆਪਾਂ ਦੋਵੇਂ ਜਣੇ ਜਾਈਏ ਨਾ, ਕਿੰਨੀ ਕੁ ਚੰਗੀ ਗੱਲ ਆ ਸਾਡੇ ਵਾਸਤੇ। ਇਹੋ ਤਾਂ ਗੱਲ ਆ, ਮਿੱਠੇ ਪਿਆਰੇ ਹੋ ਜਾਣਾ ਆਪਣੇ ਮਤਲਬ ਵੇਲੇ, ਉਹਨੇ ਆਪਣੇ ਕੰਮ ਸਾਰੇ ਕੱਢ ਲੈਣੇ ਆ। ਮੈਨੂੰ ਵੀ ਪਤਾ ਵਾ ਕਿ ਉਹ ਮਿੱਠਾ ਪਿਆਰਾ ਹੋਇਆ ਵਾ ਆਪਣੇ ਮਤਲਬ ਲਈ, ਪਰ ਹੁਣ ਕਰੀਏ ਕਿ ਫਾਂਸੀ ਆਪਾਂ ਇਦਾਂ ਦੇ ਗਏ ਆ। ਫਾਂਸੀ ਇਦਾਂ ਗਏ ਆ, ਜਵਾਬ ਨਹੀਂ ਨਾ ਦੇਈਦਾ ਉਹਨੂੰ ਚੱਜ ਦੇ ਨਾਲ, ਤਾਂ ਕਰਕੇ ਆ। ਜੇ ਚੱਜ ਨਾਲ ਜਵਾਬ ਦੇਤਾ ਨਾ ਤੇ ਫਿਰ ਆਪਾਂ ਬਿਲਕੁਲ ਹੀ ਪਿਛਾਹ ਹੋ ਕੇ ਬਹਿ ਜਾਣਾ ਜੇ, ਤੇ ਬਾਅਦ ਚ ਦੱਸਾਂ ਕੀ ਗੱਲਾਂ ਹੋਣੀਆਂ, ਲੋਕਾਂ ਨੇ ਤੇ ਰਿਸ਼ਤੇਦਾਰਾਂ ਨੇ ਦੱਸਾਂ ਕੀ ਕਹਿਣਾ, ਇਹ ਤੇ ਸੜ ਗਏ ਆ। ਜੇ ਉਹਦਾ ਪਿਛਲੀ ਉਮਰ 'ਚ ਵਿਆਹ ਹੋਣ ਲੱਗਾ ਸੀ, ਇਹ ਤੇ ਚਾਹੁੰਦੇ ਹੋਣੇ ਆ ਕਿ ਸਾਰੀ ਉਮਰ ਕਮਾਈ ਕਰਕੇ ਤੇ ਸਾਂਝੇ ਘਰ ਦੇ ਵਿੱਚ ਦੇਈ ਜਾਣ, ਤੇ ਅੱਜ ਜੇ ਉਹਦਾ ਵਿਆਹ ਹੋਣ ਡਿਆ ਵਾ ਤੇ ਇਹ ਮਾਂ ਜੇ ਅੜਿੱਕਾ ਪਾ ਕੇ ਬਹਿ ਗਏ ਆ, ਫਿਰ ਆਹ ਗੱਲਾਂ ਹੋਣੀਆਂ ਜੇ? ਤੁਸੀਂ ਕਿਉਂ ਨਹੀਂ ਇਹਨਾਂ ਗੱਲਾਂ ਨੂੰ ਸਮਝਦੇ? ਤੇ ਨਾਲੇ ਦੂਜੀ ਗੱਲ, ਮੰਮੀ ਕਿੱਦਾਂ ਤਰਲੇ ਲੈਂਦੇ ਆ ਕਿ ਛੇਤੀ ਨਾਲ ਮੇਰਾ ਮੁੰਡਾ ਵਿਆਹਿਆ ਜਾਵੇ, ਤੇ ਜੇ ਅੱਜ ਉਹਦਾ ਵਿਆਹ ਹੋਣ ਡਿਆ ਵਾ ਤੇ ਸਾਰਾ ਭਾਂਡਾ ਸਾਡੇ ਸਿਰ ਪੱਟਣਾ ਜੇ, ਇਸੇ ਚੱਕਰ 'ਚ ਕਿ ਇਹਨਾਂ ਨੇ ਲੜਾਈ ਪਾ ਲਈ ਆ। ਬਹੁਤ ਅਸੀਂ ਉਹਦੀ ਕਮਾਈ ਖਾਣ ਡੇ ਆ ਨਾ, ਸਾਰਾ ਕੁਝ ਉਹਦੇ ਹੱਥ ਵਿੱਚ ਆ। ਸਾਨੂੰ ਪਤਾ ਨਾ ਕਿ ਆਪਾਂ ਕਮਾਈ ਨਹੀਂ ਖਾਣ ਡੇ, ਸਾਨੂੰ ਪਤਾ ਨਾ ਕਿ ਜੋ ਧਾਮ ਜਾਮ ਪੈਸਾ ਧੇਲਾ ਇਹਦੇ ਹੱਥ ਵਿੱਚ ਆ, ਪਿੰਡ ਵਾਲਿਆਂ ਨੂੰ ਤੇ ਰਿਸ਼ਤੇਦਾਰਾਂ ਨੂੰ ਤੇ ਨਹੀਂ ਨਾ ਪਤਾ। ਚੱਲ ਠੀਕ ਆ ਬਾਬਾ, ਜਾ ਜਾ ਕੇ ਤਿਆਰ ਹੋ। ਪਰ ਤੁਸੀਂ ਫਿਰ ਔਖੇ ਨਾ ਨਾ ਹੋ, ਫਿਰ ਮੈਨੂੰ ਵੀ ਨਹੀਂ ਨਾ ਚੀਜ਼ ਸਹੀ ਲੱਗਦੀ। ਨਹੀਂ ਔਖਾ ਮੈਂ, ਜਾ। ਉਦਾਂ ਮੈਂ ਇੱਕ ਹਿਸਾਬ ਲਾਇਆ, ਜਿੰਨੀ ਇਹ ਸਿਆਸਤ ਖੇਡਦਾ ਹੈ ਨਾ, ਇਹਦੇ ਨਾਲੋਂ ਕੋਈ ਵੱਡਾ ਸਿਆਸੀ ਨਹੀਂ ਹੋ ਸਕਦਾ। ਇਹਨੂੰ ਘਰ 'ਚ ਨਹੀਂ, ਇਹਨੂੰ ਤਾਂ ਇਲੈਕਸ਼ਨ ਵਿੱਚ ਹੋਣਾ ਚਾਹੀਦਾ ਸੀ। ਅਸੀਂ ਤਾਂ ਸ਼ਦਾਈ ਹਾਂ ਜਿਹੜੇ ਝਾਟੇ ਦੀਆਂ ਗੱਲਾਂ ਵਿੱਚ ਆ ਜਾਂਦੇ ਹਾਂ। ਸਾਰੇ ਦਾ ਪੇਚ ਜਾਣਦਾ ਹੈ ਕਿਹੜੇ ਵੇਲੇ ਔਖੇ ਹੋਣਾ ਅਤੇ ਕਿਹੜੇ ਵੇਲੇ ਚੰਗੇ ਬਣਨਾ, ਇਹਦੇ ਕੋਲੋਂ ਸਿੱਖੇ ਕੋਈ। ਚੰਗਿਆਂ ਭਲਿਆਂ ਨੂੰ ਸਦਾਈ ਬਣਾ ਕੇ ਰੱਖ ਦਿੰਦਾ। ਲੈ ਆ ਗਿਆ ਤੇਰਾ ਸਬੂਤ। ਸਤਿ ਸ਼੍ਰੀ ਅਕਾਲ ਮੰਮੀ ਜੀ। ਸਤਿ ਸ਼੍ਰੀ ਅਕਾਲ ਪੁੱਤ। ਸਤਿ ਸ਼੍ਰੀ ਅਕਾਲ ਡੈਡੀ ਜੀ। ਸਤਿ ਸ਼੍ਰੀ ਅਕਾਲ। ਤੇ ਐਡੀ ਲੇਟ ਕਿਉਂ ਆ, ਕਦੋਂ ਦਾ ਡੀਕਣ ਡਿਆ ਤੈਨੂੰ? ਤੇ ਕੀ ਕਰਾਂ ਫਿਰ ਮੈਂ, ਕਿੰਨੀ ਵਾਰੀ ਤੇ ਤੁਹਾਨੂੰ ਕਹਿਤਾ ਮੈਨੂੰ ਮੋਟਰਸਾਈਕਲ ਲੈ ਦਿਓ, ਮੋਟਰਸਾਈਕਲ ਲੈ ਦਿਓ,
ਸਵੇਰ ਦਾ ਉੱਠਿਆ ਵਾਂ, 5 ਵਜੇ ਦਾ ਤੁਰਿਆ ਵਾਂ, 1 ਬੱਸ ਬਦਲ, 2 ਬੱਸ ਬਦਲ, ਮੋਟਰਸਾਈਕਲ ਹੁੰਦਾ ਨਾ ਮੇਰੇ ਕੋਲ, ਅਰਮਾਨ ਨਾਲ 7 ਵਜੇ ਉੱਠਣਾ ਸੀ ਅਤੇ ਮੋਟਰਸਾਈਕਲ ਦੀ ਕਿੱਕ ਮਾਰਨੀ ਸੀ ਅਤੇ ਇੱਥੇ ਝੱਟ ਆ ਜਾਣਾ ਸੀ ਮੈਂ 1.5-2 ਘੰਟੇ 'ਚ। ਪੁੱਤ ਮੋਟਰਸਾਈਕਲ ਤਾਂ ਤੈਨੂੰ ਲੈ ਦਿੰਦੇ, ਤੈਨੂੰ ਪਤਾ ਹੀ ਆ ਹੁਣ ਭੂਆ ਤੇਰੀ 'ਤੇ ਇੰਨਾ ਖਰਚਾ ਹੋ ਜਾਣਾ ਵਾ ਅਤੇ ਫਿਰ ਕੀ ਕਰਨਾ, ਹੱਥ ਤੰਗ ਹੋ ਜਾਣਾ। ਮੈਂ ਅੱਜ ਦਾ ਕਹਿਣ ਡਿਆ ਵਾਂ, ਕਿੰਨਾ ਚਿਰ ਹੀ ਹੋ ਗਿਆ ਵਾ। ਕੋਈ ਨਹੀਂ ਕੋਈ ਨਹੀਂ, ਲੈ ਦਾਂਗੇ, ਬਸ ਆਹ ਵੱਡਾ ਕੰਡਾ ਨਿਕਲਣਾ ਸੀ, ਇਹ ਨਿਕਲ ਜੂਗਾ ਤਾਂ ਮੋਟਰਸਾਈਕਲ ਵੀ ਤੇਰਾ ਲੈ ਦਾਂਗੇ। ਤੇ ਕੀ ਹੱਥ ਮਾਰੀ ਜਾਣ ਡੇ ਹੋ, ਝੂਠ ਥੋੜੀ ਮੈਂ ਕਿਹਾ, ਸੱਚ ਹੀ ਬੋਲਣ ਡਈ ਆ। ਉਹ ਤੇਰਾ ਦਿਮਾਗ ਮਾੜਾ ਮੋਟਾ ਕੰਮ ਕਰਦਾ ਕਿ ਨਹੀਂ ਕਰਦਾ? ਉਹ ਪਹਿਲਾਂ ਉਹਦਾ ਵਿਆਹ ਜ਼ਰੂਰੀ ਆ ਜਾਂ ਉਹਦਾ ਮੋਟਰਸਾਈਕਲ ਜ਼ਰੂਰੀ ਆ? ਕੋਈ ਹਾਲ ਨਹੀਂ ਤੇਰਾ। ਤੁਹਾਡਾ ਵੀ ਕੋਈ ਹਾਲ ਨਹੀਂ, ਚੱਲ ਬਹਿ ਪੁੱਤ, ਪਿਓ ਤੇਰੇ ਦਾ ਕੰਮ ਹੀ ਇਹੋ ਆ, ਬੋਲੀ ਜਾਣਾ, ਬਹਿ ਮੈਂ ਪਾਣੀ ਲੈ ਕੇ ਆਉਂਦੀ ਆ। ਉਹ ਤੂੰ ਵੀ ਮਾੜੀ ਮੋਟੀ ਅਗਲ ਨੂੰ ਹੱਥ ਮਾਰ ਲਾ, ਅੰਦਰ ਸ਼ੁਰੂ ਹੋ ਜਾਂਦਾ ਵਾ, ਤੈਨੂੰ ਨਹੀਂ ਪਤਾ ਜਿਹੜੇ ਖਰਚੇ ਪਹਿਲਾਂ ਕਰਨ ਵਾਲੇ ਪਹਿਲਾਂ ਹੋਣੇ ਆ, ਬੱਸੇ ਆਉਂਦਾ ਸਾਰੀ ਦੁਨੀਆ ਬੱਸੇ ਆਉਂਦੀ ਆ ਨਾ, ਤੂੰ ਕਿੱਦਾਂ ਕੁ ਲੈਣ ਰਾਡ ਆ? ਤੈਨੂੰ ਵੱਖਰਾ ਮੋਟਰਸਾਈਕਲ ਚਾਹੀਦਾ ਵਾ, ਲਾਡ ਸਾਹਿਬ ਕਿਤੇ ਸਾਹ ਨਹੀਂ ਲੈਂਦਾ। ਨਾ ਕੀ ਹੋ ਗਿਆ ਤੁਹਾਨੂੰ, ਆਉਂਦੇ ਮੁੰਡੇ ਦੇ ਵਰ ਭੇਜ, ਘੁੱਟ ਪਾਣੀ ਪੀ ਲੈਂਦਾ ਵਿਚਾਰੇ ਨੂੰ, ਜੇ ਇਹੋ ਹਾਲ ਰਹਿਣਾ ਵਾ ਤਾਂ ਪਹਿਲਾਂ ਦੱਸ ਦਿੰਦੇ, ਮੈਂ ਉਹਨੂੰ ਸੱਦਦੀ ਨਾ। ਜਾ ਪੁੱਤ ਤੂੰ ਪਾਣੀ ਪੀ ਕੇ ਤੇ ਜਾ ਚੱਲ ਜਾ ਇੱਦਾਂ ਹੀ, ਇਹਨਾਂ ਨੇ ਤਾਂ ਇਹੋ ਕੁਛ ਕਰਦੇ ਰਹਿਣਾ ਵਾ। ਮੈਂ ਆਉਂਦੀ ਹਾਂ ਵੀ ਆਇਆ ਵਾ ਕਿਤੇ ਕੰਮ ਕਰਾ ਦੂਗਾ, ਹੱਥ ਬੜਾ ਥੱਪ ਪਾ ਦੂਗਾ, ਪਰ ਨਾ ਦਿਵਾਲੀ ਹੋ ਰਹੇ, ਉਹਨਾਂ ਨਿਆਣੇ ਵਿਚਾਰੇ ਨੇ ਸਾਹ ਨਹੀਂ ਲੈਣ ਦਿੱਤਾ ਕਿਤੇ। ਅਤੇ ਹੋਰ ਕੀ ਮੰਮੀ, ਮੈਂ ਤਾਂ ਇਹੋ ਹੀ ਸੋਚ ਕੇ ਆਇਆ ਸੀ, ਮੈਂ ਕਿਹਾ ਮੇਰੀ ਭੂਆ ਦਾ ਵਿਆਹ ਵਾ, ਮੈਂ ਸਾਰਾ ਕੰਮ ਆਪ ਨਾਲ ਹੋ ਕੇ ਕਰਾਉਣਾ ਵਾ, 1 ਰੁਪਈਆ ਬਾਹਰ ਨਹੀਂ ਜਾਣ ਦੇਣਾ, ਅਤੇ ਜੇ ਤੁਸੀਂ ਇੱਦਾਂ ਹੀ ਕਰਨਾ ਵਾ ਤਾਂ ਫਿਰ ਮੈਂ ਚੱਲ ਜਾਂਦਾ ਵਾਂ। ਨਾ ਪੁੱਤ, ਜਾਣਾ ਕਿਹੜੀ ਗੱਲ ਆ, ਬਹਿ ਇੱਥੇ ਤੂੰ, ਭੂਆ ਤੇਰੀ ਦਾ ਵਿਆਹ ਵਾ, ਕੋਈ ਆਂਢ ਗੁਆਂਢ ਦਾ ਵਿਆਹ ਥੋੜ੍ਹੀ ਆ ਵੀ ਜਿਹੜਾ ਮੂੰਹ ਚੁੱਕ ਕੇ ਚੱਲ ਜਾਣਾ ਘੜੀ ਮੁੜੀ, ਨਾਲੇ ਸੌਖੇ ਕਿਰਾਏ ਫੂਕੇ ਜਾਂਦੇ ਆ, ਇਹਨਾਂ ਨੂੰ ਸਮਝ ਆਦਤ ਪਈ ਆ ਗੱਲਾਂ ਕਰਨ ਦੀ। ਬੱਲੇ ਬੱਲੇ, ਵੇ ਫਫੜੇ ਕਰਨ ਦੇ ਦੋਵੇਂ ਮਾਂ ਪੁੱਤ। ਚੱਲ ਤੂੰ ਉੱਠ ਮੇਰਾ ਪੁੱਤ, ਨਾ ਕਹਿੰਦੇ ਕੱਪੜੇ ਕੁੱਪੜੇ ਬਦਲ, ਰਹਿਣ ਦੇ ਇਹਨਾਂ ਨੂੰ, ਇਕੱਲਿਆਂ ਨੂੰ ਹਿਸਾਬ ਸੂਬ ਕਰ ਲਾਂਗੇ। ਹੋਈ ਇਸ ਵਾਏ ਦੇ ਵੀ ਕੋਈ ਕੰਮ ਨਾ ਕਰਾ ਦੇ ਇਹਨਾਂ ਨੂੰ, ਲੱਗ ਬੈਗ ਗੱਲਾਂ ਹੀ ਕਰੀ ਜਾਂਦੇ ਆ। ਉਹ ਸੱਚ ਖਲੋ ਜਾ ਬੱਬਲੂ, ਆਹ ਵੀ ਖਰਚਾ ਵਿੱਚੇ ਲਿਖ ਲਓ, ਹੁਣ ਮੁੰਡਾ ਆਇਆ ਵਾ ਤਾਂ ਉਹਨੇ ਕੱਪੜੇ ਕੁੱਪੜੇ ਖਰੀਦਣੇ ਆ, ਵਿਆਹ ਨਹੀਂ ਵੇਖਣਾ। ਕੱਪੜੇ ਇਹਨੇ ਕਿੰਨੇ ਵੀ ਖਰੀਦਣੇ ਆ, ਕੱਪੜੇ ਤਾਂ ਹੈ ਨਹੀਂ, ਦੱਸ ਪਹਿਲਾਂ ਪਿਛਲੇ ਮਹੀਨੇ ਕੱਪੜੇ ਜੇ ਲਏ ਆ, ਉਹਨਾਂ ਦੇ ਵਿਆਹ ਵੇਖ ਤੂੰ। ਲੈ ਹੱਦ ਹੋ ਗਈ ਆ, ਕੱਲਾ ਕੱਲਾ ਸਾਡਾ ਮੁੰਡਾ ਵਾ ਤੇ ਵਿਆਹ ਵੇਖੇ ਪੁਰਾਣੇ ਕੱਪੜਿਆਂ ਨਾਲ। ਉਹ ਜੇ ਕੱਲਾ ਕੱਲਾ ਵਾ ਇਹਨੂੰ ਕੱਲੀ ਕੱਲੀ ਦੁਕਾਨ ਤੇ ਲੈ ਕੇ ਜਾਵਾਂ, ਇਹਨਾਂ ਦੀ ਵੇਚ ਰਹੇ ਆ ਤਾਂ ਕੋਈ ਹੈਗੇ ਆ? ਉਹ ਚੁੱਪ ਕਰਕੇ ਬਹਿ ਜਾ, ਉਦਾਂ ਮੈਨੂੰ ਖਰਚਾ ਇੰਨਾ ਸੁਣਾ ਛੜਾ, 2.5 ਲੱਗ ਜਾਣਾ ਤੇ 3 ਲੱਗ ਜਾਣਾ, ਤੇ ਹੁਣ ਮੇਰੇ ਮੁੰਡੇ ਦੇ ਕੱਪੜਿਆਂ ਦਾ ਜ਼ਿਆਦਾ ਖਰਚਾ ਹੋ ਜਾਣਾ ਤੁਹਾਨੂੰ। ਉਹ ਚੱਲ ਬਾਬਾ, ਤੂੰ ਵੀ ਕਰਾ ਲੈਣਾ ਖਰਚਾ ਕਰਾਉਣਾ ਜੀ, ਤੂੰ ਇੱਦਾਂ ਕਰ, ਤਿਆਰ ਹੋ, ਰੋਟੀ ਪਾਣੀ ਖਾ ਲਾ ਤੇ ਚੱਲ ਮੇਰੇ ਨਾਲ, ਨਾਲੇ ਤੁਸੀਂ ਸੌਦਾ ਰਹਿੰਦਾ ਲੈ ਆਵਾਂਗੇ, ਤੁਹਾਡੇ ਤਾਂ ਆ ਗਿਆ ਨਾ ਸਾਰਾ ਸਮਾਨ, ਆ ਗਿਆ ਸਾਡਾ ਜਿਹੜਾ ਸੌਦਾ ਰਹਿੰਦਾ ਉਹ ਵੀ ਲੈ ਆਉਂਦੇ ਆ ਤੇ ਤੇਰੇ ਕੱਪੜੇ ਵੀ ਲੈ ਆਉਂਦੇ ਜਾ ਕੇ। ਮੈਂ ਨਹੀਂ ਜਾਣਾ ਤੁਹਾਡੇ ਨਾਲ ਕੱਪੜੇ ਲੈਣ, ਜਿੱਦਾਂ ਦੇ ਤੁਹਾਡੇ ਆਪਣੇ ਕੱਪੜੇ ਹੁੰਦੇ ਆ ਉਦਾਂ ਦੇ ਤੁਸੀਂ ਮੈਨੂੰ ਕੱਪੜੇ ਲੈ ਦੇਣੇ ਆ, ਮੈਂ ਤੇ ਵਧੀਆ ਬ੍ਰਾਂਡਡ ਦੇ ਕੱਪੜੇ ਲੈਣੇ ਆ ਮਾਲ ਚੋਂ। ਉਹ ਜੁੱਤੀਆਂ ਨਾ ਖਾਲੀ ਮੇਰੇ ਕੋ, ਆਇਆ ਵੱਡਾ ਮਾਲ ਵਾਲਾ, ਉਹ ਅਸੀਂ ਨਹੀਂ ਜਾਣਦੇ ਨਾ ਮੌਲਾਂ ਮਾਲਾਂ ਨੂੰ, ਸਿੱਧੇ ਸਾਦੇ ਬੰਦੇ ਆ ਆਪਾਂ, ਮੌਲਾਂ 'ਚੋਂ ਕੱਪੜੇ ਲੈਣੇ ਆ ਇਹ। ਉਹ ਇੱਕੋ ਪੈਂਟ ਹੁੰਦੀ ਸੀ ਉਹ ਧੋ ਕੇ ਰੋਜ਼ ਸਵੇਰੇ ਸਕੂਲੇ ਪਾ ਕੇ ਚੱਲ ਜਾਣਾ ਤੇ ਉਹਦੇ ਨਾਲ ਸਾਰਾ ਸਾਲ ਵਿਆਹ ਵੇਖਦੇ ਰਹਿਣਾ, ਉਹ ਉੱਜੜ ਜਾਣਾ ਤੁਸੀਂ ਇਹਨਾਂ ਫੈਸ਼ਨਾਂ ਦੇ ਵਿੱਚ। ਪੁੱਤ ਜਿੱਦਾਂ ਤੂੰ ਆਪ ਕਮਾਉਣ ਲੱਗੇਗਾ ਨਾ ਆ ਫਿਰ ਮੈਨੂੰ ਬ੍ਰਾਂਡਡ ਪਾ ਕੇ ਦੱਸੀ। ਵੇ ਪੁੱਤ ਆ ਜਾ ਤੂੰ ਰੋਟੀ ਰਾਟੀ ਖਾ, ਤੇਰੇ ਪਿਓ ਦੀ ਤਾਂ ਨਾ ਉਂਝ ਆਦਤ ਹੋ ਗਈ ਲੈਕਚਰ ਝਾੜਨ ਦੀ, ਤੂੰ ਤਿਆਰ ਹੋ, ਮੈਂ ਦਿੰਨੀ ਆ ਪੈਸੇ ਲੈ ਕੇ ਤੈਨੂੰ, ਵੇਹਨੀ ਆ ਭਲਾ ਕਿੱਦਾਂ ਨੀ ਪੈਸੇ ਦਿੰਦੇ, ਚੱਲ ਆ। ਆਹੋ ਇਹ ਸਰਕਾਰੀ ਬੈਂਕ ਵਾ ਨਾ ਜਿੱਥੇ ਤੇਰੀ ਪੈਨਸ਼ਨ ਆਉਂਦੀ ਆ, ਰਮਾਨਾ ਤੂੰ ਕਢਾ ਕੇ ਦੇ ਦੇਣੇ ਆ, ਉਦਾਂ ਤੇ ਬੜਾ ਤੂੰ ਖਰਚਾ ਕਰਾਉਣੀ ਵੀ ਖਰਚਾ ਬੜਾ ਹੋ ਗਿਆ ਵਾ, ਮੁੰਡੇ ਬਾਰੇ ਤੂੰ ਆਖੀ ਜਾਣੀ ਉਹਨੂੰ ਛੇਤੀ ਪੈਸੇ ਦੇ ਦੇ, ਇਹ ਖਰਚਾ ਨਹੀਂ ਹੈਗਾ। ਗੱਲਾਂ ਆਉਂਦੀਆਂ ਨਾ ਦੋਵਾਂ ਨੂੰ ਵਿਹਲਿਆਂ ਨੂੰ। ਹਾਏ ਮੈਂ ਮਾਜਾ, ਕਿੰਨੀ ਸੋਹਣੀ ਲੱਗਣ ਦੀ ਪੱਗ ਬੱਜੀ, ਐਵੇਂ ਤੁਸੀਂ ਮੈਨੂੰ ਫਿਰ ਕਹਿੰਦੇ ਰਹਿੰਦੇ ਜੇ, ਝੂਠ ਬੋਲਦੇ ਜੇ,
ਅਹੇ ਮੈਨੂੰ ਪੱਗ ਨਹੀਂ ਬੰਨਣੀ ਆਉਂਦੀ, ਕਿੰਨੀ ਸੋਹਣੀ ਪੱਗ ਬੰਨੀ ਆ। ਚੱਲ ਬਸ ਕਰ, ਹੁਣ ਨਜ਼ਰ ਨਾ ਲਾ ਦੀ। ਮੈਂ ਕਿਹੜੀ ਗੱਲੋਂ ਨਜ਼ਰ ਲਾਉਣੀ ਆ, ਵਿਆਹ ਤੋਂ ਬਾਅਦ ਮੈਂ ਤੈਨੂੰ ਪਹਿਲੀ ਵਾਰੀ ਪੱਗ ਬੰਨਿਆ ਵੇਖਿਆ ਆ। ਅੱਛਾ, ਹਾਂਜੀ ਮਹਾ ਹੀ ਬੰਨੀ ਆ, ਤਿੰਨ ਵਾਰ ਢਾ ਕੇ ਬੰਨੀ, ਮਹਾ ਹੀ ਕੰਮ ਸੂਤਰ ਆਇਆ। ਪਰ ਬਹੁਤ ਸੋਹਣੀ ਲੱਗਣ ਦੀ, ਕਿਤੇ ਨਜ਼ਰ ਨਾ ਲੱਗ ਜੇ। ਠੀਕ ਆ, ਤੂੰ ਵੀ ਸਿਰ ਸੁਰ ਵਾਲਾ ਆਪਣਾ ਕਿੱਦਾਂ ਜਾਣਾ ਵਾ? ਹਾਏ ਮੈਂ ਸਿਰਵਾਇਆ ਤੇ ਹੈਗਾ ਵਾ, ਪਰ ਉਂਝ ਨਾ ਤੁਹਾਡੀ ਪੱਗ ਦੇ ਅੱਗੇ ਨਾ ਮੇਰਾ ਹੇਅਰ ਸਟਾਈਲ ਫਿੱਕਾ ਪੈ ਗਿਆ। ਅੱਛਾ, ਹਾਂਜੀ ਕੋਈ ਵਧੀਆ ਜਿਹਾ ਹੇਅਰ ਸਟਾਈਲ ਕਰ ਲਾ, ਜੇ ਬਹੁਤੀ ਗੱਲ ਆ ਤਾਂ ਫਿਰ ਪਾਰਲਰ ਚਲ ਜਾਂਦੇ ਆ। ਓ ਨਹੀਂ ਨਹੀਂ, ਪਾਰਲਰ ਜਾਣ ਦਾ ਕਿੱਥੇ ਟਾਈਮ ਹੈਗਾ, ਜੇ ਚੱਲ ਵੀ ਗਏ ਤੇ ਭਾਜੀ ਨੇ ਝੱਟ ਬੁੜ ਬੁੜ ਕਰਨ ਡੈ ਪੈਣਾ, ਉਹਨਾਂ ਨੂੰ ਚੰਗਾ ਨਹੀਂ ਲੱਗਦਾ। ਚੱਲ ਠੀਕ ਆ, ਕਰ ਲਾ ਜਿਹੜਾ ਕੰਮ ਕਰਨਾ ਹੀ ਆ। ਓਹੋ, ਤੁਹਾਡੀ ਪੱਗ ਦੇ ਚੱਕਰਾਂ ਦੇ ਵਿੱਚ ਮੈਨੂੰ ਇਹ ਵੀ ਚੇਤਾ ਭੁੱਲ ਗਿਆ ਕਿ ਮੈਂ ਅੰਦਰ ਕਿਹੜਾ ਕੰਮ ਕਰਨ ਆਈ ਸੀ। ਚੱਲ ਕੋਈ ਨਹੀਂ, ਜਦੋਂ ਦਿਮਾਗ ਚ ਆਊਗਾ ਫਿਰ ਆ ਜਾਵਾਂਗੀ। ਸਿੰਪਲ ਵਿਆਹ ਵਾ ਤੇ ਫਿਰ ਉਹ ਆਂਦੇ ਮੈਂ ਘਰੇ ਹੀ ਰਹਿਣੀ ਆ, ਕੀ ਕਰਨਾ ਉੱਥੇ ਜਾ ਕੇ। ਚੱਲ ਕੋਈ ਨੀ, ਦੋ ਘੜੀਆਂ ਆ ਜਾਂਦੇ ਫਿਰ ਕੀ ਹੋ ਚੱਲਿਆ। ਚਲੋ ਬਾਅਦ ਚ ਆਜੋ ਕਿਤੇ, ਕੋਈ ਗੱਲ ਨੀ, ਚੱਲ ਆਜੋ। ਬਹੁਤ ਸਹੀ, ਕਿੱਥੇ ਆ ਵਿਆਹ ਵਾਲਾ ਮੁੰਡਾ? ਤਿਆਰ ਹੋਣ ਗਿਆ ਹੁੰਦਾ ਹੋਣਾ ਉਹ ਵੀ। ਅੱਛਾ ਅੱਛਾ, ਹਾਂਜੀ। ਮੰਮੀ ਸਾਰੇ ਭੈਣ ਭਰਾ ਗੁਰਦੁਆਰਿਓਂ ਹੋ ਕੇ ਘਰ ਨੂੰ ਵੀ ਆਉਣਗੇ ਕਿ ਜਾਂ ਉੱਥੋਂ ਹੀ ਚੱਲ ਜਾਣਗੇ? ਮੈਂ ਸਾਰਿਆਂ ਨੇ ਗੁਰਦੁਆਰਾ ਸਾਹਿਬ ਵੱਲੋਂ ਹੀ ਕਿਹਾ ਵਾ, ਮੈਂ ਘਰ ਵੱਲੋਂ ਨਹੀਂ ਕਿਹਾ ਹੈਗਾ, ਸਿੰਪਲ ਜਿਹਾ ਤੇ ਵਿਆਹ ਆ। ਮੰਮੀ ਜੀ, ਮੇਰੇ ਸਾਲਿਆ ਵਿਆਹ ਵਾ, ਕੋਈ ਮਖੌਲ ਥੋੜ੍ਹੀ ਆ। ਸਾਰੇ ਰਿਸ਼ਤੇਦਾਰ ਸ਼ਾਮ ਨੂੰ ਘਰ ਸੱਦਾਂਗੇ ਤੇ ਸ਼ਾਮ ਨੂੰ ਡੀਜੇ ਵੀ ਲਾਵਾਂਗੇ, ਨਾਲ ਆਂਢ ਗੁਆਂਢ ਸੱਦਾਂਗੇ ਤੇ ਸ਼ਾਮ ਨੂੰ ਭੰਗੜਾ ਭੰਗੜਾ ਪਾਵਾਂਗੇ। ਮਹਾਂ ਮਹਾਂ ਦੇ ਖੁਸ਼ੀ ਦਾ ਮਾਹੌਲ ਬਣਿਆ ਵਾ, ਨਾਲ ਇਹ ਦਿਨ ਕਿਹੜੇ ਬਾਰ ਬਾਰ ਆਉਣੇ ਆ। ਉਹ ਭਾਜੀ, ਗੱਲ ਤਾਂ ਤੁਹਾਡੀ ਠੀਕ ਵਾ, ਪਹਿਲੀ ਤਾਂ ਗੱਲ ਅੱਜ ਕੱਲ੍ਹ ਕਿਸੇ ਕੋਲ ਇੰਨਾ ਟਾਈਮ ਹੀ ਨਹੀਂ ਹੈਗਾ, ਅਤੇ ਦੂਜੀ ਗੱਲ ਕਵਲ ਨੂੰ ਇਹ ਸਾਰੀਆਂ ਚੀਜ਼ਾਂ ਪਸੰਦ ਨਹੀਂ ਹੈਗੀਆਂ, ਡੀਜੇ ਡੂਜੇ ਤਾਂ ਉੱਦਾਂ ਲਾਉਣਾ ਸੀਗਾ, ਪਰ ਹੁਣ ਜੋ ਕੁਛ ਵੀ ਆ ਸਾਰਾ ਕੁਝ ਕਾਹਲੀ ਕਾਹਲੀ ਜਿਹੀ ਹੋਣ ਡਿਆ। ਨਾਲੇ ਭੈਣ ਤੈਨੂੰ ਤਾਂ ਪਤਾ ਹੀ ਆ ਵੀਰ ਦੇ ਸੁਭਾਅ ਦਾ, ਮੈਂ ਤਾਂ ਕਹਿੰਦਾ ਕਿ ਅੱਜ ਦਾ ਦਿਨ ਸੁੱਖੀ ਸਾਂਦੀ ਲੰਘ ਜੇ, ਪਤਾ ਨਾ ਉੱਦਣ ਕਿੱਦਾਂ ਖਲਾਰੇ ਪਏ ਸੀ। ਉਹ ਬੱਲੇ ਬੱਲੇ ਆ ਗਏ ਪ੍ਰਾਹੁਣੇ। ਭਾਜੀ ਸਤਿ ਸ੍ਰੀ ਅਕਾਲ, ਕੀ ਹੋ ਜੇ ਦੀਦੀ? ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਕਿੱਡਾ ਸੋਹਣਾ ਲੱਗਣ ਡਿਆ ਮੇਰਾ ਵੀਰ ਪੱਗ ਦੇ ਵਿੱਚ, ਅੱਜ ਤੇ ਬਾਲਾ ਹੀ ਰੂਪ ਚੜਿਆ ਵਾ। ਹਾਂ ਹੋਰ, ਲੈ ਪੱਗ ਦੇ ਅੱਗੇ ਵੀ ਬੰਨਦਾ ਵਾ ਤੇ ਇਦਾਂ ਦੀ ਬੰਨਦਾ ਹੁੰਦਾ? ਨਹੀਂ ਨਾ, ਅੱਜ ਤੇ ਜੱਚਣ ਹੀ ਵਾੜੀ ਡਈ ਆ ਤੇ। ਅੱਛਾ ਹੋਰ, ਠੀਕ ਆ ਠੀਕ ਆ, ਆ ਜਾਓ ਉਧਰ ਬੈਠੇ ਭਾਜੀ, ਡਰਾਇੰਗ ਰੂਮ ਚ ਆ ਜਾਓ। ਬਈਏ ਨਾ ਹੁਣ ਆਪਾਂ, ਅਸੀਂ ਹੁਣ ਤੁਰਨ ਦੀ ਕਰੀਏ ਗੱਲ। ਚਲੋ ਫਿਰ। ਆਹੋ ਪੀ ਲਿਆ ਪਾਣੀ ਤਾਂ ਨੀ? ਹਾਂਜੀ ਹਾਂਜੀ ਪੀ ਲਿਆ। ਆਹੋ ਤਾਂ ਚਲੋ ਫਿਰ ਤੁਰਨ ਦੀ ਕਰੀਏ ਗੱਲ। ਹੈ ਬੈਠੋ ਤੁਸੀਂ, 2 ਮਿੰਟ ਬਸ ਮੈਂ ਆ ਗਿਆ। ਮੰਮੀ, ਉਦਣ ਮੇਰੇ ਜਾਣ ਤੋਂ ਬਾਅਦ ਕੋਈ ਗੱਲਬਾਤ ਤਾਂ ਨਹੀਂ ਹੋਈ? ਨਹੀਂ ਨਹੀਂ, ਕੋਈ ਗੱਲਬਾਤ ਨਹੀਂ ਹੋਈ, ਥੋੜ੍ਹੀ ਜਿਹੀ ਵਿੱਕੀ ਕਰਦਾ ਸੀ ਤਿੜ ਪਿੜ ਤੇ ਮੁੜਕੇ ਇਹਨੇ ਮਨਾ ਲਿਆ ਸੀ, ਮੰਨ ਗਿਆ ਫਿਰ। ਉਦਣ ਮੰਮੀ ਜਦੋਂ ਮੈਂ ਘਰ ਵੀ ਗਈ ਨਾ, ਮੈਨੂੰ ਜਾ ਕੇ ਬੜੀ ਟੈਨਸ਼ਨ ਰਹੀ ਵੀ ਕਿਤੇ ਫੇਰ ਨਾ ਕੋਈ ਦੋਵਾਂ ਭਰਾਵਾਂ ਦੇ ਵਿੱਚ ਗੱਲਬਾਤ ਹੋ ਜੇ, ਤੇ ਉਧਰੋਂ ਮੇਰੀ ਸੱਸ ਉਹਨੇ ਐਡਾ ਮੂੰਹ ਕੀਤਾ ਜਾਂਦਿਆਂ ਨੂੰ, ਮੈਨੂੰ ਕਹਿੰਦੀ ਹਾਂ ਜਾਂ ਕਰਾ ਆਈ ਆ ਫੈਸਲਾ। ਮੈਂ ਕਿਹਾ ਕਿਹੜਾ ਫੈਸਲਾ, ਮੈਂ ਤੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ। ਮੈਂ ਕਿਹਾ ਹਾਂ ਵੇਖੋ ਡੱਬਾ ਮੈਂ ਲੈ ਕੇ ਆਈ ਹਾਂ, ਮੇਰੇ ਵੀਰ ਦਾ ਰਿਸ਼ਤਾ ਪੱਕਾ ਹੋ ਗਿਆ ਵਾ, ਮੈਂ ਤੇ ਖੁਸ਼ੀ ਖਸਾਈ ਆਈ ਉੱਥੋਂ, ਉੱਥੇ ਤਾਂ ਕੋਈ ਗੱਲਬਾਤ ਨਹੀਂ। ਪਰ ਉਹ ਗੱਲ ਨੂੰ ਛੱਡੇ ਹੀ ਨਾ,
ਉਹਨੇ ਬਥੇਰਾ ਮੈਨੂੰ ਬਕਾਉਣ ਦੀ ਕੋਸ਼ਿਸ਼ ਕੀਤੀ ਪਰ ਮੈਂ ਨਹੀਂ ਉਹਦੇ ਹੱਥ ਚੜ੍ਹੀ। ਅਤੇ ਮੰਮੀ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਮੇਰੀ ਸੱਸ ਜਿਹੜੀ ਆ ਨਾ ਉਹ ਗੱਲ ਕਰਨੋਂ ਚਿੱਥੀ ਨਹੀਂ ਪੈਂਦੀ, ਉਹ ਗੱਲ ਹੀ ਹੋਈ। ਉਹਨੇ ਮੈਨੂੰ ਕਵਲ ਦੇ ਰਿਸ਼ਤੇ ਵੱਲੋਂ ਜਾਂਦਿਆਂ ਹੀ ਮਿਹਣਾ ਮਾਰ ਦਿੱਤਾ, ਮੈਨੂੰ ਬਣਾ ਸਵਾਰ ਕੇ ਆਉਂਦੀ ਵੇਖੂੰਗੀ ਕਿਹੜੀ ਹੂਰ ਪਰੀ ਵਿਆਹ ਕੇ ਲਿਆਉਂਦਾ ਵਾ। ਅਤੇ ਮੈਂ ਕਿਹਾ ਹੂਰ ਪਰੀਆਂ ਨਾਲੋਂ ਘੱਟ ਵੀ ਨਹੀਂ ਆ, ਗੱਲਾਂ ਤਾਂ ਮੈਂ ਉਹਨੂੰ ਬੜੀਆਂ ਸੁਣਾਈਆਂ। ਅਤੇ ਹੁਣ ਮੰਮੀ ਇੱਕ ਕੰਮ ਕਰਨਾ ਵਾ, ਜਦੋਂ ਵਿਆਹ ਕੇ ਆ ਗਏ ਨਾ ਪਹਿਲਾਂ ਇਹਨਾਂ ਦੋਵਾਂ ਜੀਆਂ ਨੂੰ ਮੇਕੋਂ ਫੇਰਾ ਪਾਉਣ ਘਲਾਉਣਾ ਹੀ ਹੋ। ਮੈਂ ਆਪਣੀ ਸੱਸ ਦੇ ਮੂੰਹ ਤੋਂ ਰੰਗ ਉੱਡਦਾ ਵੇਖਣਾ ਵਾ, ਵੇਖੂੰਗੀ ਨਾ ਭਲਾ ਫਿਰ ਕਿੱਦਾਂ ਸੜਦੀ ਅੰਦਰ ਹੀ ਅੰਦਰ। ਨਹੀਂ ਛੱਡ ਪਰੇ, ਉਹਦਾ ਤਾਂ ਸੁਭਾਅ ਹੀ ਇੱਦਾਂ ਦਾ, ਤੂੰ ਉਹਦੇ ਨਾਲ ਜਿੱਦਾਂ ਹੀ ਕਰਦੀ ਰਹਿਣਾ ਵਾ, ਉਹਨੇ ਤਾਂ ਹੁਣ ਇੱਦਾਂ ਹੀ ਸਾਰੀ ਉਮਰ ਕਰਦੇ ਰਹਿਣਾ। ਧੀਏ ਤੂੰ ਨਾ ਇੱਦਾਂ ਕਰਿਆ ਕਰ। ਮੰਮੀ ਫਿਰ ਵੀ ਬੰਦੇ ਨੂੰ ਸਮੇਂ ਦੇ ਹਿਸਾਬ ਨਾਲ ਬਦਲਣਾ ਹੀ ਚਾਹੀਦਾ ਵਾ, ਪਰ ਉਹ ਨਹੀਂ ਬਦਲਦੀ। ਨਹੀਂ ਉਹਨੇ ਨਹੀਂ ਬਦਲਣਾ ਹੈਗਾ, ਤੂੰ ਬਦਲ ਜਾ ਹੁਣ, ਇੱਦਾਂ ਨਹੀਂ ਕਰੀਦਾ ਹੋਈਦਾ, ਤੂੰ ਸਿਆਣੀ ਬਣ। ਨਾਲੇ ਜਦੋਂ ਬੰਦਾ ਬਜ਼ੁਰਗ ਹੋ ਜਾਂਦਾ ਨਾ ਉਹਦਾ ਸੁਭਾਅ ਨਿਆਣਿਆਂ ਵਰਗਾ ਹੋ ਜਾਂਦਾ ਵਾ, ਤੂੰ ਸਿਆਣੀ ਬਣ ਜਾ, ਉਹਨੇ ਤਾਂ ਨਿਆਣੀ ਬਣਨਾ ਹੁਣ ਦਿਨੋਂ ਦਿਨ। ਚੱਲ ਚੰਗਾ ਮੰਮੀ, ਨਹੀਂ ਕਰਦੀ ਜੇਦ। ਨਾਲੇ ਉਹ ਜਿਹੜਾ ਵਹੁਟੀ ਵਾਸਤੇ ਸੈੱਟ ਬਣਾਇਆ ਵਾ ਉਹ ਤਾਂ ਵਿਖਾ ਲਓ ਮੈਨੂੰ। ਉਹ ਮੈਂ ਪ੍ਰੀਤ ਨੂੰ ਕਿਹਾ ਸੀ ਵੀ ਆਪਣੇ ਪਰਸ 'ਚ ਪਾ ਲਾ ਅਤੇ ਨਾਲ ਲੈ ਕੇ ਜਾਣਾ ਵਾ। ਲੈ, ਪ੍ਰੀਤ ਨੂੰ ਕੀ ਪਤਾ ਲੱਗਦਾ ਇਹੋ ਜਿਹੀਆਂ ਚੀਜ਼ਾਂ ਸਾਂਭਣ ਦਾ, ਤੁਸੀਂ ਆਪਣੇ ਕੋਲ ਰੱਖੋ, ਜੇ ਤੁਹਾਡੇ ਕੋਲ ਨਹੀਂ ਸਾਂਭਿਆ ਜਾਂਦਾ ਤਾਂ ਮੈਨੂੰ ਫੜਾ ਦਿਉ, ਉਹਨੂੰ ਬੜਾ ਪਤਾ ਲੱਗਦਾ ਚੀਜ਼ਾਂ ਰੱਖਣ ਦਾ। ਉਹਦੇ ਕੋਈ ਮਾਰੇ ਚਪੇੜ ਮੂੰਹ ਦੇ ਉੱਤੇ ਅਤੇ ਉੱਥੋਂ ਗੁਰਦੁਆਰਿਓਂ ਖੋਹ ਕੇ ਤਾਂ ਗਾਂਹ ਜਾਵੇ। ਅੱਜ ਕੱਲ੍ਹ ਤਾਂ ਪੈਲਸਾਂ 'ਚ ਨਹੀਂ ਪਤਾ ਲੱਗਦਾ, ਲੋਕ ਹੱਥਾਂ 'ਚੋਂ ਚੀਜ਼ਾਂ ਖੋਹ ਕੇ ਲੈ ਜਾਂਦੇ। ਉਹਨੇ ਫਿਰ ਕੱਢਿਆ ਨਹੀਂ ਹੋਣਾ ਜੇ ਲੋਕਰ ਦੇ ਵਿੱਚੋਂ, ਮੈਂ ਕੱਢ ਕੇ ਪਹਿਲਾਂ ਲਿਆ ਕੇ ਅਤੇ ਤੈਨੂੰ ਫੜਾ ਦਿੰਦੀ ਹਾਂ। ਹਾਂ ਜਾਓ ਫੜਾ ਦਿਉ ਮੈਨੂੰ, ਮੈਂ ਲੈ ਆਉਂਦੀ ਹਾਂ। ਆ ਲੈ ਵੇਖ ਲਾ ਨਾਲੇ, ਆਹ ਪੈਂਡਲ ਮੇਰੇ ਵਾਲਾ ਹੀ ਆ। ਅੱਛਾ, ਅਤੇ ਆਹ ਕਾਂਡੇ ਨਹੀਂ ਮੈਂ ਬਣਵਾ ਲਏ ਸੀ, ਟੋਪਸ ਛੋਟੇ ਛੋਟੇ ਬਣਾ ਲਏ, ਮੈਂ ਹਰ ਵੇਲੇ ਘਰ ਪਾ ਲਿਆ ਕਰੇਗੀ। ਆਹੋ, ਨਹੀਂ ਮੰਮੀ ਸੋਹਣੇ ਆ, ਚੱਲ ਵਧੀਆ ਕੀਤਾ, ਉਹਨਾਂ ਵਿਚਾਰਿਆਂ ਕੋਲ ਕਿਹੜੇ ਪੈਂਡ ਆ ਕੋ। ਆਹੋ, ਕੋਈ ਗੱਲ ਨਹੀਂ, ਵੱਡੇ ਨਹੀਂ ਮੈਂ ਜ਼ਿਆਦਾ ਬਣਵਾਏ, ਮੈਂ ਚੱਲ ਘਰ ਵੀ ਪਾਈ ਫਿਰੇਗੀ। ਹਾਂ ਸੋਹਣੇ ਲੱਗਣੇ ਪਾਏ, ਲਿਆਓ ਮੈਂ ਪਾ ਲਾਂ ਪਰਸ ਵਿੱਚ ਪਾ ਲਾ। ਚਲੋ ਚਲੋ ਹੁਣ ਬਹਿ ਹੀ ਰਹਿਣਾ ਵਾ, ਜਾਂ ਉੱਠਦੇ ਨਹੀਂ ਜੇ? ਅਸੀਂ ਤਾਂ ਤਿਆਰ ਆ, ਤੂੰ ਹੀ ਅੰਦਰ ਵੜ ਗਿਆ, ਤੂੰ ਹੀ ਨਿਕਲਣ ਡਿਆ। ਆਹੋ ਮੈਂ ਅੰਦਰ ਵੜਿਆ ਵਾ, ਉਹਦੇ ਜਾ ਕੇ ਬੈਠੇ ਆ ਏਸੀ ਵਾਲੇ ਕਮਰੇ 'ਚ। ਵਿੱਕੀ ਭਾਜੀ ਚਲੋ ਫਿਰ, ਚਲੋ ਚਲੋ ਨਿਕਲੋ, ਦਰਵਾਜ਼ਾ ਦਰੂਜਾ ਮਾਰ ਕੇ, ਲਾਈਟਾਂ ਲੂਟਾਂ ਬੰਦ ਕਰੋ, ਐਂ ਵਾਧੂ ਜਗਦੀਆਂ ਨਾ ਰਹਿਣ। ਹਾਂ ਜਿੰਦਰਾ ਫੜ ਲਿਆ, ਵੇਖ ਲਾ ਪ੍ਰੀਤ ਤੂੰ ਬੰਦ ਨਹੀਂ ਕੀਤਾ ਦਰਵਾਜ਼ੇ ਦੀ ਲਾਈਟਾਂ ਕਮਰੇ ਦੀ। ਚਲੋ ਚਲੋ ਮੇਰੀ ਬੱਕਰੀਓ।